लो जी दोस्तों, बहुत बड़ा मंजर और ट्रैक्टर तुसी वेख रहे हो चल रहा जमीन दे विच, जिहड़ियां गजरां ने उन्हां नूं कढ़ रहे ने इत्थे लोग, वर्कर भी कम कर रहे ने और असी सानू बड़ा खुश हो रहा सी और तुसी भी इंशाल्लाह खुश होवोगे इस माहौल नूं वेख के। अस्सलाम वालेकुम, क्या हाल है जनाब? तुहाडा नाम की है? मोहम्मद इमरान। मोहम्मद इमरान, सर तुसीं दसो सानू फसल कदी उगी है? ये गाजर दी जनाब फसल। गाजर दी फसल है और ये गाजर दे विच कुछ जड़ी बूटी भी है जनाब? दवाइयाँ दो नंबर आ रही ने। अच्छा, दवाइया असर नहीं कर दी पी। अच्छा, जी चीज़ हैगी 500 रुपए की वो 1000 रुपए की बिकती पी। अच्छा अच्छा, दो नंबर जरी दवाइया। हाँ जी हाँ जी। अच्छा अच्छा, तो वजह तो जड़ी बूटी जी उग जाती? हाँ जी, अलग उग जाती। ਇਹਦਾ ਕੋਈ ਫਾਇਦਾ ਨਹੀਂ ਹੈ? ਨਹੀਂ, ਨੁਕਸਾਨ ਹੈ, ਫਸਲ ਦਾ ਨੁਕਸਾਨ ਹੈ। ਬੇਸਿਕਲੀ ਇਹ ਗਾਜਰ ਹੈ ਨੀਚੇ ਜ਼ਮੀਨ 'ਚ ਜਿਹੜੀ ਉੱਗੀ ਹੈ। ਜੀ ਜੀ। ਅੱਛਾ ਜੀ, ਬਹੁਤ ਸ਼ੁਕਰੀਆ ਜੀ। ਅਸਲਾਮ ਵਾਲੇਕੁਮ। ਉਹ ਚਾਚਾ ਕੋਈ ਆਪਣਾ ਨਾਂ ਹੀ ਦੱਸ ਦੇ ਸਾਨੂੰ ਯਾਰ। ਚਾਚਾ ਤੂੰ ਸ਼ਰਮਾ ਹੀ ਗਿਆ ਯਾਰ ਇੱਥੇ ਤੂੰ। ਅਸਲਾਮ ਵਾਲੇਕੁਮ। ਤੁਹਾਨੂੰ ਅਸੀਂ ਦਿਖਾ ਰਹੇ ਹਾਂ YouTube ਦੇ ਉੱਤੇ, ਅਸੀਂ ਦਿਖਾਉਂਦੇ ਹਾਂ ਜੀ ਲੋਕਾਂ ਨੂੰ ਦੇਸੀ ਮਾਹੌਲ ਦਿਖਾ ਰਹੇ ਹਾਂ। ਦੇਸੀ ਮਾਹੌਲ ਦਿਖਾਉਣਾ ਚਾਹੀਦਾ, ਜਿਹੜਾ ਸਾਡਾ ਆਪਣਾ ਪੰਜਾਬ ਦਾ ਕਲਚਰ ਹੈ। ਅਸੀਂ ਉਹ ਅੱਜ ਕੱਲ੍ਹ ਦੇ ਜਿਹੜੇ ਮੰਮੀ ਡੈਡੀ ਲੋਕ ਨੇ ਉਹ ਇਹਨਾਂ ਚੀਜ਼ਾਂ ਨੂੰ ਭੁੱਲ ਗਏ ਨੇ ਔਰ ਸਾਨੂੰ ਆਪਣਾ ਸੋਹਣਾ ਦੇਸੀ ਦੇਸ਼ ਪੰਜਾਬ ਜਿਹੜਾ ਨਾ ਉਹਨੂੰ ਨਹੀਂ ਭੁੱਲਣਾ ਚਾਹੀਦਾ। ਠੀਕ ਹੋ ਗਿਆ ਜੀ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਮੀਆਂ ਗੁਲਾਮ ਮੁਰਤਜ਼ਾ। ਗੁਲਾਮ ਮੁਰਤਜ਼ਾ, ਤੇ ਕਿੰਨੇ ਅਰਸੇ ਤੋਂ ਤੁਸੀਂ ਇਹ ਫਸਲਾਂ ਦਾ ਇੱਧਰ ਕਰ ਰਹੇ ਹੋ ਤੇ ਵਰਕਿੰਗ? ਜ਼ਮੀਨ ਅਸੀਂ 25-30 ਸਾਲ ਤੋਂ ਕਰ ਰਹੇ ਹਾਂ। ਮਾਸ਼ਾਅੱਲਾ, ਤੁਸੀਂ ਜੱਦੀ ਪੁਸ਼ਤੀ ਕੰਮ ਕਰ ਰਹੇ ਹੋ। ਹਾਂ ਜੀ। ਤੇ ਇਹ ਹੁਣ ਤੁਸੀਂ ਗਾਜਰਾਂ ਦਾ ਇਸ ਇੱਥੇ ਫਸਲ ਉਗਾਈ ਹੈ? ਜੀ ਜੀ। ਅੱਛਾ ਅੱਛਾ, ਤੇ ਇਸ ਤੋਂ ਬਾਅਦ ਇਸ ਕੋਈ ਫਸਲ ਲੱਗੇਗੀ? ਉਹਦੇ ਬਾਅਦ ਮੱਕੀ ਲੱਗੇਗੀ। ਮੱਕੀ ਦਾ? ਹਾਂ ਜੀ, ਸੁੱਕੇ ਦੀ ਮੱਕੀ ਲੱਗੇਗੀ ਜਾਂ ਦੂਸਰੇ ਚਾੜਾ ਲੱਗੇ, ਚਾਰੇ ਦੀ ਮੱਕੀ ਲੱਗੇਗੀ, ਉਹ ਲੱਗੇਗੀ। ਸਹੀ ਹੈ। ਤੇ ਤੁਸੀਂ ਮੰਡੀ ਭੇਜਦੇ ਇਹਨੂੰ ਇੱਥੋਂ ਪੁੱਟ ਕੇ ਦੁਬਾਰਾ? ਜੇ ਗਾਜਰ ਮੰਡੀ ਵੀ ਜਾਂਦੀ ਹੈ, ਸਟੋਰ ਵੀ ਜਾਂਦੀ ਹੈ? ਸਟੋਰ ਵੀ ਆਉਂਦੀ ਹੈ ਜੀ। ਤੇ ਅਸਲ ਇਹ ਕਿਸ ਕੰਮ ਆਉਂਦੀ ਹੈ? ਇੱਕ ਹੋਰ ਕਲਰ ਦੀ ਹੈ ਨਾ? ਇਹ ਲੱਕੜ ਗਾਜਰ ਕਹਿੰਦੇ? ਲੱਕੜ ਗਾਜਰ ਕਹਿੰਦੇ ਨੇ। ਸਲਾਦ ਦੇ ਵਿੱਚ ਕੰਮ ਆਉਂਦੀ ਹੈ, ਸਲਾਦ ਦੇ ਵਿੱਚ, ਜੂਸ ਵਿੱਚ ਕੰਮ ਆਉਂਦੀ ਹੈ, ਚਾਰ ਦੇ ਵਿੱਚ ਕੰਮ ਆਉਂਦੀ ਹੈ, ਬਹੁਤ ਜਗ੍ਹਾ ਅੱਛੀ ਜਗ੍ਹਾ ਦੇ ਕੰਮ ਆਉਂਦੀ ਹੈ। ਸਹੀ ਹੈ। ਲਓ ਜੀ, ਇਹ ਭਾਈ ਦੇ ਕੋਲ ਗਾਜਰ ਮੌਜੂਦ ਹੈ। ਲਓ ਜੀ, ਇਹ ਦੋਸਤ ਸਾਨੂੰ ਗਾਜਰ ਦਿਖਾ ਰਹੇ ਨੇ ਔਰ ਇਹ ਸਲਾਦ ਦੇ ਕੰਮ ਆਉਂਦੀ ਹੈ, ਲੱਕੜ ਗਾਜਰ ਇਹਦਾ ਨਾਮ ਹੈ ਜੀ। ਔਰ ਇਹ ਬੜੀ ਇਸਤੇਮਾਲ ਹੁੰਦੀ ਹੈ ਜੀ, ਇਹਦੇ ਫਾਇਦੇ ਵੀ ਬਹੁਤ ਨੇ। ਵਿਟਾਮਿਨ ਬਹੁਤ ਜ਼ਿਆਦਾ ਹੁੰਦੇ ਹੈ, ਮਰਦ ਵਾਸਤੇ ਬਹੁਤ ਅੱਛੀ ਹੈ ਜੀ, ਖਾਣ ਦੇ ਬਹੁਤ ਗਰਮ ਸ਼ੈ, ਬਹੁਤ ਅੱਛੀ ਸ਼ੈ। ਅੱਛਾ ਅੱਛਾ। ਔਰ ਇਹ ਆਮ ਦਵਾਈਆਂ ਤੋਂ ਵੀ ਬਿਹਤਰ ਹੈ? ਮੈਂ ਕਿਹਾ ਨੁਕਸਾਨ ਦੇ ਵੀ ਨਹੀਂ ਹੈ, ਫਾਇਦੇਮੰਦ ਹੈ, ਮੁਫੀਦ ਹੈ, ਮੁਫੀਦ, ਬਹੁਤ ਅੱਛੀ ਸ਼ੈ ਜੀ। ਔਰ ਇਹ ਸਲਾਦ 'ਚ ਜ਼ਰੂਰ ਇਸਤੇਮਾਲ ਕਰਨੀ ਚਾਹੀਦੀ ਹੈ। ਔਰ ਐਕਸਪੋਰਟ ਜ਼ਿਆਦਾ ਹੁੰਦੀ ਹੈ, ਬਹੁਤ ਜ਼ਿਆਦਾ ਹੁੰਦੀ ਹੈ, ਬਹੁਤ ਜ਼ਿਆਦਾ ਜਾਂਦੀ ਹੈ, ਯੂਰਪ ਬਹੁਤ ਜ਼ਿਆਦਾ ਜਾਂਦੀ ਹੈ, ਉਹ ਲੋਕ ਇਹਨਾਂ ਚੀਜ਼ਾਂ ਤੋਂ ਫਾਇਦਾ ਲੈ ਰਹੇ ਨੇ। ਅਰਬ ਮਾਲਕ ਜਾਂਦੀ, ਯੂਰਪ 'ਚ ਜਾਂਦੀ, ਬਹੁਤ ਜ਼ਿਆਦਾ ਜਾਂਦੀ ਹੈ। ਲੇਕਿਨ ਅਸੀਂ ਲੋਕ ਇੱਥੇ ਰਹਿ ਕੇ ਇਹਨੂੰ ਅਸੀਂ ਪੁੱਛਦੇ ਵੀ ਨਹੀਂ, ਫਾਇਦਾ ਨਹੀਂ ਲੈ ਰਹੇ, ਫਾਇਦਾ ਉਹ ਲੈ ਜਾਂਦੇ ਨਹੀਂ। ਔਰ ਇਹ ਲੱਕੜ ਗਾਜਰ ਇਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ, ਲੱਕੜ ਗਾਜਰ ਕਹਿੰਦੇ। ਔਰ ਇਹ ਬਹੁਤ ਹੀ ਮੁਫੀਦ ਹੈ ਦੋਸਤੋ, ਤੁਸੀਂ ਦੇਖ ਰਹੇ ਹੋ ਸਾਡੇ ਹੱਥ 'ਚ ਮੌਜੂਦ ਹੈ ਔਰ ਇਹਦੇ ਦੋਸਤਾਂ ਨੇ ਸਾਨੂੰ ਇਹਦੇ ਬਹੁਤ ਅੱਛੇ ਫਾਇਦੇ ਦੱਸੇ ਨੇ ਔਰ ਪਾਕਿਸਤਾਨ 'ਚ ਰਹਿੰਦੇ ਹਾਂ ਅਸੀਂ ਇਸ ਚੀਜ਼ ਤੋਂ ਮਹਿਰੂਮ ਹਾਂ, ਇਸ ਚੀਜ਼ ਤੋਂ ਸਾਨੂੰ ਨੌਲੇਜ ਹੀ ਨਹੀਂ, ਇਹਦਾ ਇਲਮ ਹੀ ਨਹੀਂ ਔਰ ਕਿਸ ਫਾਇਦੇ 'ਚ ਇਹਦਾ ਕਿੰਨਾ ਕੁ ਫਾਇਦਾ ਹੈ ਔਰ ਅਸੀਂ ਇਹਨੂੰ ਜ਼ਾਇਆ ਕਰ ਰਹੇ ਹਾਂ ਇੱਥੇ ਰਹਿ ਕੇ। ਕੁਦਰਤੀ ਚੀਜ਼ ਹੈ, ਇਹਦਾ ਇਸਤੇਮਾਲ ਜ਼ਰੂਰ ਕਰੋ। ਲੱਕੜ ਗਾਜਰ, ਲਾਲ ਗਾਜਰ ਇੱਕ ਹੋਰ ਹੁੰਦੀ ਹੈ, ਇਹ ਪੀਲੀ ਗਾਜਰ ਹੈ, ਪੰਜਾਬੀ 'ਚ ਪੀਲੀ ਗਾਜਰ ਕਹਿੰਦੇ, ਪੰਜਾਬੀ ਕਹਿੰਦੇ ਲੱਕੜ ਗਾਜਰ, ਲੱਕੜ ਗਾਜਰ ਕਹਿੰਦੇ ਵੈਸੇ ਵੀ ਪੀਲੀ ਗਾਜਰ। ਅੱਛਾ ਅੱਛਾ, ਯਾਨੀ ਕਲਰ ਇਹਦਾ ਪੀਲਾ ਹੁੰਦਾ ਹਲਕਾ ਜਿਹਾ, ਹਾਈਬ੍ਰਿਡ ਕਹਿੰਦੇ ਨੇ। ਹਾਈਬ੍ਰਿਡ ਬੀ ਆਤਾ ਅਮਰੀਕਾ ਤੋਂ ਆਉਂਦਾ। ਅੱਛਾ ਅੱਛਾ, ਤੇ ਪਹਿਲੇ ਇਹਦੇ ਨਾਲ ਕੀ ਬੁਕਿੰਗ ਕਰਵਾਉਣੀ ਪੈਂਦੀ ਹੈ, ਸਹੀ 3-4 ਮਹੀਨੇ ਬਾਅਦ ਆ ਬੀ ਆਉਂਦਾ। ਸਹੀ, ਹਾਂਜੀ ਹਾਂਜੀ। ਲਓ ਜੀ, ਮੀਆਂ ਬਾਬਰ ਖੇਤੀ ਬਾੜੀ ਕਰ ਰਿਹਾ ਤੇ ਮੇਰਾ ਸ਼ੋਬੇ ਨਾਲ ਤਕਰੀਬਨ 10 ਸਾਲ ਤੋਂ ਆਪਣਾ ਵਿਵਸਥਾ ਮੈਂ ਇਸ ਸ਼ੋਬੇ ਨਾਲ। ਸਰ ਇਹ ਜਿਹੜੀ ਗਾਜਰ ਹੈ ਨਾ ਹਾਈਬ੍ਰਿਡ, ਇਹ ਹਾਈਬ੍ਰਿਡ ਗਾਜਰ ਅਮੈਰੀਕਨ ਹੈ ਹਾਈਬ੍ਰਿਡ, ਇਹ ਬੀਜ ਬੀ ਬਾਹਰੋਂ ਇੰਪੋਰਟ ਹੁੰਦਾ ਤੇ ਇਹ ਪਾਕਿਸਤਾਨ ਵਿੱਚ ਲੋਕ ਇਹਨੂੰ ਬਹੁਤ ਮਹਿੰਗਾ ਵੇਚਦੇ ਪਏ ਨੇ। ਬੀ ਬਾਹਰੋਂ ਸਸਤਾ ਆਉਂਦਾ, ਡਾਲਰ ਦੀ ਵੇਅ ਕਰਕੇ ਨਾ ਲੋਕ ਇਹਨਾਂ, ਅਗਰ ਫਾਰ ਐਗਜ਼ਾਮਪਲ ਇਹ ਪਾਕਿਸਤਾਨ 'ਚ ਬੀ ਸਾਨੂੰ ਮਿਲਣਾ ਚਾਹੀਦਾ ਤਕਰੀਬਨ 7-8 ਹਜ਼ਾਰ ਰੁਪਏ ਦਾ ਇੱਕ ਪੈਕਟ, ਲੇਕਿਨ ਇਹ ਸਾਨੂੰ ਮਿਲਦਾ ਪਿਆ 10-11 ਹਜ਼ਾਰ ਰੁਪਏ ਦਾ ਪੈਕਟ, 160 ਗ੍ਰਾਮ ਇਹਦੇ 'ਚ ਬੀ ਹੁੰਦਾ, ਇੰਨਾ ਕੁ ਬੀ ਹੁੰਦਾ। ਲੇਕਿਨ ਇਹਦੀ ਜਿਹੜੇ ਦੁਕਾਨਦਾਰ ਨੇ ਨਾ ਉਹ ਬਹੁਤ ਮਹਿੰਗਾ ਬੀ ਵੇਚਦੇ ਨੇ। ਸਾਨੂੰ ਹਕੂਮਤ ਅਪੀਲ ਹੈ ਕਿ ਕਮ ਅਜ਼ ਕਮ ਇਹ ਦੁਕਾਨਦਾਰਾਂ ਨੂੰ ਪੁੱਛਿਆ ਜਾਵੇ ਕਿ ਇਹ ਇਹਨਾਂ ਇੱਕ ਪੈਕਟ ਦੇ ਮਗਰ 7-8 ਹਜ਼ਾਰ ਰੁਪਏ ਕੀ ਚੀਜ਼ ਦਾ ਸਾਡੇ ਕੋਲ ਮੁਨਾਫਾ ਲੈ ਰਹੇ ਨੇ। ਸਰ ਸਾਡੀ ਤੁਹਾਡੇ ਅੱਗੇ ਰਿਕੁਐਸਟ ਹੈ, ਜ਼ਰਾ ਤੁਸੀਂ ਵੀ ਜਿਹੜਾ ਨਾ ਇਹ ਮਜ਼ੀਦ ਅੱਗੇ ਫੈਲਾਓ ਕਿ ਇਹਨਾਂ
ਇਨਸ਼ਾਅੱਲਾ ਜੀ ਇਹਨਾਂ ਦੀ ਰਿਕੁਐਸਟ ਹੈ ਕਿ ਜੀ ਇਹ ਬੀਜ ਬਹੁਤ ਮਹਿੰਗਾ ਮਿਲਦਾ, ਜਿਹੜੇ ਸਾਡੇ ਅਖਰਾਜਾਤ ਵੀ ਨਹੀਂ ਪੂਰੇ ਹੋ ਸਕਦੇ, ਔਰ ਗੌਰਮੈਂਟ ਅੱਗੇ ਅਪੀਲ ਹੈ ਅਗਰ ਇਹ ਸਾਡਾ ਮੈਸੇਜ ਗੌਰਮੈਂਟ ਤੱਕ ਪਹੁੰਚ ਜਾਏ ਔਰ ਇਹਨਾਂ ਜਿਤਨੇ ਵੀ ਕਾਸ਼ਤਕਾਰ ਨੇ ਉਹਨਾਂ ਨੂੰ ਇਸ ਚੀਜ਼ ਸਸਤੇ ਤਰੀਕੇ 'ਤੇ ਮਿਲ ਜਾਏ, ਸਸਤੇ ਪੈਸਿਆਂ ਨਾਲ ਮਿਲ ਜਾਏ, ਇਹਦੇ ਉੱਪਰ ਜਿਤਨਾ ਵੀ ਜ਼ਿਆਦਾ ਟੈਕਸ ਹੈ ਉਹ ਕੰਮ ਕੀਤਾ ਜਾਏ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਕਾਸ਼ਤ ਕੀਤੀ ਜਾਏ ਔਰ ਜ਼ਿਆਦਾ ਤੋਂ ਜ਼ਿਆਦਾ ਪੂਰੀ ਦੁਨੀਆ 'ਚ ਇਹਦਾ ਫਾਇਦਾ ਪਹੁੰਚ ਰਿਹਾ ਔਰ ਹਰ ਬਿਮਾਰ ਹਰ ਜਿਤਨੇ ਵੀ ਲੋਕ ਨੇ ਉਹਦੇ ਵਾਸਤੇ ਮੁਫੀਦ ਹੈ ਔਰ ਇਸ ਤਰ੍ਹਾਂ ਜਿਤਨਾ ਵੀ ਅਗਰ ਮਹਿੰਗਾ ਮਿਲੇਗਾ ਔਰ ਇਹ ਲੋਕ ਬਹੁਤ ਕੰਮ ਕਾਸ਼ਤ ਕਰਨਗੇ, ਅਗਰ ਜ਼ਿਆਦਾ ਇਸਕੋ ਸਸਤਾ ਮਿਲਿਆ ਜਾਏਗਾ, ਅਗਰ ਸਸਤਾ ਮਿਲ ਜਾਏਗਾ ਬੀਜ ਔਰ ਜ਼ਿਆਦਾ ਪੈਦਾਵਾਰ ਹੋਏਗੀ ਇਨਸ਼ਾਅੱਲਾ ਜੀ। ਹੈਲੋ, ਸਾਡੇ ਇਹਨਾਂ ਨੇ ਸਾਨੂੰ ਬਹੁਤ ਅੱਛੀ ਇਨਫੋਰਮੇਸ਼ਨ ਦਿੱਤੀ ਹੈ, ਇਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਨੇ ਹਾਂ ਔਰ ਦੁਬਾਰਾ ਥੋੜ੍ਹਾ ਜਿਹਾ ਅਸੀਂ ਇਹਨਾਂ ਦਾ ਤਾਰਫ ਲੈਂਦੇ ਹਾਂ, ਪ੍ਰੋਪਰ ਆਪਣਾ ਤਾਰਫ ਕਰਾਓ ਜੀ। ਮੀਆਂ ਗੁਲਾਮ ਮੁਰਤਜ਼ਾ ਜੀ, ਕੌਂਸਲਰ ਜਨਰਲ ਕੌਂਸਲਰ PTI ਜੀ। ਮੈਂ ਆਪਣਾ ਕਿ 15-20 ਸਾਲ ਤੋਂ ਜ਼ਿਮੀਂਦਾਰਾ ਕਰਨਾ ਪਿਆ ਜੀ, ਗਾਜਰਾਂ ਦਾ ਕਰੀਦਾ ਜੀ, ਆਲੂ ਦਾ ਵੀ ਕਰੀਦਾ ਜੀ, ਹਾਂਜੀ ਗੋਭੀ ਚੁਕੰਦਰ ਸਾਰਾ ਮਨਾ ਕੇ ਜ਼ਿਮੀਂਦਾਰਾ ਕਰੀਦਾ ਜੀ। ਮਾਸ਼ਾਅੱਲਾ ਜੀ, ਬੜੀ ਬਾਤ ਹੈ ਜੀ, ਔਰ ਇਹ ਵਾਕਈ PTA ਦੇ ਵਰਕਰ ਲੱਗ ਰਹੇ ਨੇ ਕਿਉਂਕਿ ਦੇਖੋ ਇੱਕ ਜਨਰਲ ਕੌਂਸਲਰ ਵੀ ਨੇ ਔਰ ਆਪਣਾ ਜ਼ਿਮੀਂਦਾਰਾ ਵੀ ਕਰ ਰਹੇ ਨੇ ਔਰ ਮਿਹਨਤ ਵੀ ਕਰ ਰਹੇ ਨੇ ਔਰ ਮਜ਼ਦੂਰੀ ਵੀ ਕਰ ਰਹੇ ਨੇ ਔਰ ਨਾਲ ਆਪਣੀ ਆਵਾਮ ਦੀ ਖਿਦਮਤ ਲਈ ਇਲੈਕਸ਼ਨ ਵੀ ਲੜੇ ਨੇ ਔਰ ਕਾਮਯਾਬ ਹੋਏ, ਦੋ ਦਫ਼ਾ ਕਾਮਯਾਬ ਹੋਏ ਮਾਸ਼ਾਅੱਲਾ, ਦੋ ਦਫ਼ਾ ਇਲੈਕਸ਼ਨ ਤੋਂ ਕਾਮਯਾਬ ਹੋਏ ਨੇ ਔਰ ਇਹ PTI ਦੇ ਕਾਰਕੁਨ ਨੇ ਔਰ ਬਹੁਤ ਹੀ ਅੱਛੇ ਵਰਕਰ ਨੇ ਔਰ ਬਹੁਤ ਹੀ ਅੱਛੇ ਜ਼ਿਮੀਂਦਾਰ ਵੀ ਨੇ। 1500 ਵੋਟ ਮੈਂ ਲਿਆ ਮਾਸ਼ਾਅੱਲਾ ਜੀ, 1500 ਵੋਟ ਦੇ ਨਾਲ ਵਿਨ ਕੀਤਾ ਇਹਨਾਂ ਨੇ। ਕਿਸ ਯੂਨੀਅਨ ਕੌਂਸਲ ਤੋਂ ਤੁਸੀਂ ਵਿਨ ਕੀਤਾ? ਯੂਨੀਅਨ ਕੌਂਸਲ 11 ਤੋਂ, ਯੂਨੀਅਨ ਕੌਂਸਲ 11 ਤੋਂ, ਵਾਰਡ 2 ਨੰਬਰ, ਵਾਰਡ ਨੰਬਰ 2 ਹੈ ਜੀ, ਸ਼ਾਦਰਾ ਟਾਊਨ ਲਾਹੌਰ, ਸ਼ਾਦਰਾ ਟਾਊਨ ਲਾਹੌਰ ਜੀ। ਬਹੁਤ ਸ਼ੁਕਰੀਆ ਜਨਾਬ, ਬੜੀ ਮਿਹਰਬਾਨੀ, ਥੈਂਕ ਯੂ ਆਪਕਾ, ਆਪਨੇ ਬਹੁਤ ਇਨਫੋਰਮੇਸ਼ਨ ਦਿੱਤੀ ਸਾਨੂੰ। ਹਾਂਜੀ।